ਇੱਧਰ ਨੂੰ ਆ ਪੁੱਠੇ ਬੰਨਿਓ ਮੈਂ ਐ ਫੜਾ ਕੈਮਰਾ ਤੂੰ ਵੀ ਲੈ ਲੈ ਵੀਡੀਓ ਯਾਰ ਇੱਥੋਂ ਹੱਥ ਆਊਗਾ ਤੇ ਯਾਰ ਕਿੱਥੇ ਯਾਰ ਉਧਰੋਂ ਫੜ ਲਾ ਵੀਡੀਓ ਸਟਾਰਟ ਉਦਾਂ ਕਹਿ ਮੈਂ ਲਿਆਉਣਾ ਹੀ ਨਹੀਂ ਵੀਡੀਓ 'ਚ ਤੇ ਹਾਈ ਗਾਇਸ ਉੱਤੇ ਕਹਿ ਦੇ ਵੈਲਕਮ ਬੈਕ ਟੂ ਨਿਊ ਵਲੌਗ ਅੱਜ ਪਤਾ ਕੀ ਹੋਇਆ ਮੈਂ ਦੱਸਾਂ ਦੱਸ ਦੇ ਇੱਕ ਟਰਾਲੀ ਆਉਂਦੀ ਪਈ ਸਾਡੀ ਪੋਲ ਵਾਲੀ ਮੋਟਰ ਨਹੀਂ ਆ ਵਿਚਾਰਿਆਂ ਦੀ ਉੱਥੇ ਨਾ ਤੂੜੀ ਦਾ ਭੁੰਗ ਜਿਹਾ ਉਹਨਾਂ ਭਰਿਆ ਸੀਗਾ ਉਹਨਾਂ ਟਰਾਲੀ ਦੀ ਤਰਪੈਲ ਪਾੜ ਗਈ ਤੇ ਉਹਨਾਂ ਬੜੀ ਦੂਰ ਜਾਣਾ 12-1 ਵਾਜਾਂ ਨੇ ਅਸੀਂ ਕਿਹਾ ਉਹਨਾਂ ਨੂੰ ਕੁਛ ਖਵਾ ਪਿਆ ਉਹਨਾਂ ਦੀ ਆਪਾਂ ਮਦਦ ਕਰ ਆਈਏ ਤੇ ਇਸ ਕਰਕੇ ਚਲੋ ਪਹਿਲਾਂ ਆਪਾਂ ਸਮਾਨ ਲੈਣ ਚਲੋ ਚੱਲ ਕੇ ਯਾਰ ਬੋਰ ਕਰੀ ਜਾਂਦਾ ਹਨੇਰਾ ਹੀ ਬੜਾ ਹੋ ਗਿਆ ਵਾ ਹੋਰ ਬਾਈ ਜੀ ਕੀ ਹਾਲ ਚਾਲ ਜੀ ਚਾਰ ਜਾਣੇ ਆ ਤੇ ਕਿੰਨਾ ਟਾਈਮ ਲੱਗਦਾ ਤੁਹਾਨੂੰ ਟਾਈਮ ਤੇ ਵੀਰ ਸਾਨੂੰ 11 ਕੁ ਵੱਜ ਜਾਣੇ ਆ ਚਲੋ ਤੁਹਾਡਾ ਕਰਦੇ ਇੰਤਜ਼ਾਮ ਖਾਣ ਪੀਣ ਦਾ ਪਾਰਟੀ ਕਿੱਥੋਂ ਇਧਰੋਂ ਚੱਲ ਆ ਕਰ ਦੋ ਫਿਰ ਸਾਂ ਵਾਧੂ ਆ ਉਹਨਾਂ ਵਾਲੀ ਹਨਾ ਕਿਸੇ ਦਾ ਢਿੱਡ ਭਰਨ ਚੱਲਿਆ ਆਪ ਖਾਣ ਲੱਗ ਪਿਆ ਆਪ ਦਾ ਭਰਿਆ ਹੋਊਗਾ ਤੇ ਕਿਸੇ ਲਈ ਲੈ ਕੇ ਜਾਵਾਂਗੇ ਬੇਪੂਫਾ ਤੇ ਚਲੋ ਹੁਣ ਆਪਾਂ ਉਹਨਾਂ ਵਾਲੀ ਵੀ ਲੈ ਜਾਾਂਗੇ ਪਹਿਲਾਂ ਆਪ ਖਾ ਲਗੇ ਅਸੀਂ ਆਂਡੇ ਖਾਣੇ ਪਏ ਇਨਕੰਪਲੀਟ ਆ ਸੂਰ ਪਹਿਲੇ ਸਾਡੇ ਕੋਲ ਮੂੰਹ ਟੱਡ ਕੇ ਬੈਠੇ ਹੋਏ ਆ ਦੇ ਦਿੰਨੇ ਗੋਲੀਆਂ ਤੁਹਾਨੂੰ ਹੀ ਦੇ ਕੇ ਜਾਵਾਂਗੇ ਬਸ ਤੂੰ ਪਾਏਗਾ ਕਿ ਨਹੀਂ ਨਹੀਂ ਆ ਫੜੀ ਯਾਰ ਕਿੰਨੀ ਟਰਾਲੀ ਉੱਡ ਗਈ ਹਾਂਜੀ ਗਾਇਸ ਅਸੀਂ ਤਾਂ ਆ ਕੇ ਮੀਂਹ ਪੈਂਦਾ ਪਿਆ ਸੀ ਉਹਨਾਂ ਨੂੰ ਪੂਰਾ ਚੌਲ ਵੀ ਦੇ ਆਏ ਸਭ ਆਹ ਦੇਖੋ ਕੱਪੜੇ ਸਾਡੇ ਗਿੱਲੇ ਹੋ ਮੀਂਹ ਬਹੁਤ ਜ਼ਿਆਦਾ ਉੱਲਾ ਪਿਆ ਕਿਉਂਕਿ ਬਿਜਲੀ ਇਹ ਨਹੀਂ ਕਿ ਅਸੀਂ ਮਦਦ ਕਰਕੇ ਆਏ ਆ ਉਹਨਾਂ ਦਾ ਖਾਣਾ ਦਾਣਾ ਲਿਖਿਆ ਸੀ ਖਾ ਲਿਆ ਉਹਨਾਂ ਨੇ ਠੀਕ ਹੈ ਚਲੋ ਆਹ ਵੇਖੋ ਹਵਾ ਕਿੰਨੀ ਚੱਲਣ ਲੱਗ ਪਈ ਹੁਣ ਹਾਂ ਮੀਂਹ ਬਹੁਤ ਪੈਣ ਲੱਗ ਪਿਆ ਮਜ਼ਾ ਆ ਗਿਆ ਪਰ ਕੱਪੜੇ ਬਦਲ ਕੇ ਆਇਆ ਅਸੀਂ ਵੀ ਚੌਲ ਚੂਲ ਖਾ ਲੈਂਦੇ ਚਲੋ ਗਾਇਸ ਆਪਾਂ ਆਪਦਾ ਵਲੌਗ ਸਟਾਰਟ ਕਰ ਦਈਏ ਹੁਣ ਕੱਲ੍ਹ ਆਪਣੀ ਵੀਡੀਓ ਪਾਈ ਅਤੇ ਅੱਜ ਅਸੀਂ ਹੁਣ ਚੱਲੇ ਹਾਂ ਪੱਠੇ ਲੈਣ ਕੱਲ੍ਹ ਇਹਨਾਂ ਦਾ ਬਣਾਈ ਸੀ ਸਕਿੱਟ ਤੋਤਲਾ ਚੀਜ਼ਾਂ ਹਲਦੀ ਫੈਮਿਲੀ 'ਤੇ ਪਾਇਆ ਹੋਣਾ ਦੇਖ ਲਿਓ ਅਤੇ ਅੱਜ ਆਪਾਂ ਹੁਣ ਪਹਿਲਾਂ ਪੱਠੇ ਲਏ ਗਾਇਸ ਆਹ ਜਿਹੜਾ ਲਾਲ ਟਰੈਕਟਰ ਆ ਨਾ ਸਾਡੇ ਤੋਂ ਪਹਿਲਾਂ ਦਾ ਆਹ ਬੜਾ ਪੁਰਾਣਾ ਟਰੈਕਟਰ ਮੈਂ ਤੁਹਾਨੂੰ ਦੱਸਾਂ ਇਹਨੂੰ ਸ਼ਾਇਦ ਹੋ ਗਿਆ 26-27 ਸਾਲ ਹੋ ਗਏ ਆ ਸਾਡੇ ਤੋਂ ਕਾਫੀ ਵੱਡਾ ਅਤੇ ਖਰੇ ਤੋਂ ਵੀ ਜ਼ਿਆਦਾ ਪੁਰਾਣਾ ਵਾ ਪੱਠਿਆਂ 'ਚ ਵੀ ਕਰੋਨਾ ਵਾਇਰਸ ਆ ਇੱਥੇ ਵੀ ਵੇਖ ਲਓ ਮਾਸਕ ਪਾ ਬੰਨ ਕੇ ਇੱਕ ਹਿਸਾਬ ਦਾ ਕਰਨ ਡਿਆ ਪੱਠੇ ਵੱਢਦਾ ਪਿਆ ਦਾ ਜੀ ਨਹੀਂ ਕਰਦਾ ਕੰਮ ਕਰਨ ਨੂੰ ਅਸੀਂ ਪੱਠੇ ਵੱਢ ਕੇ ਆਇਆ ਪਤਾ ਤੈਨੂੰ ਪੱਠੇ ਵੱਢੇ ਅਸੀਂ ਤੈਨੂੰ ਮਿਲ ਜਾਇਆ ਕਰਾਂਗੇ ਚੰਗਾ ਚਲੋ ਗਾਇਸ ਰੱਜੀ ਦਾ ਕੋਈ ਪਾਰਸਲ ਆਇਆ ਵਾ ਤਾਂ ਉਹ ਆਪਾਂ ਲੈਣ ਜਾਣਾ ਹੁਣ ਹਾਏ ਧੁੱਪ ਬਹੁਤ ਜ਼ਿਆਦੀ ਆ ਹਰ ਵਾਰੀ ਦੁਪਹਿਰੇ ਅਤੇ ਚਲੋ ਪੈਸੇ ਲੈ ਲਈਏ ਰੱਜੀ ਤੋਂ ਕਿੰਨੇ ਦਾ ਸੀਗਾ ਉਹ ਤੈਨੂੰ ਪਤਾ ਪਰਸੋਂ ਮੀਂਹ ਪਿਆ ਸੀ ਨਾ ਤਾਂ ਕਰਕੇ ਨਾ ਮੌਸਮ ਥੋੜ੍ਹਾ ਜਿਹਾ ਠੰਡਾ ਵਾ ਨਹੀਂ ਤਾਂ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਚਲੋ ਓ ਮੋਟਰਸਾਈਕਲ ਸਪਲੈਂਡਰ ਪਤਾ ਨਹੀਂ ਕੀ ਹੋਇਆ ਪਿਆ ਪਟਾਕੇ ਮਾਰਨ ਲੱਗ ਪਿਆ ਬੁਲਟ ਤਰ੍ਹਾਂ ਚਲੋ ਆਪਾਂ ਲੈ ਆਏ ਪਾਰਸਲ ਇਹਨੂੰ ਹੁਣ ਆਪਾਂ ਖੋਲਦੇ ਹਾਂ ਅਤੇ ਇਹ ਰੱਜੀ ਨੇ ਆਪਦੇ ਵਾਲਾਂ ਲਈ ਲੁਕਾਏ ਲਿਆਂਦੇ ਆ ਕਿ ਸਿਲਕੀ ਸੁਲਕੀ ਰਹਿਣ ਅਤੇ ਜਿੱਥੋਂ ਅਸੀਂ ਲੈ ਕੇ ਆਏ ਨਾ ਜਿੱਥੇ ਵਾਲਾਂ ਸਿਲਕੀ ਕਰਾਏ ਉੱਥੇ 1000 ਰੁਪਈਆ ਵੱਧ ਲਾਉਂਦੇ ਆ ਦੇਖੋ ਚਲਾਕ ਬੰਦੇ ਅਸੀਂ ਲੈਣੇ ਹੀ ਨਹੀਂ ਤੁਹਾਡੇ ਤੋਂ ਹੁਣ ਆ ਦੇਖੋ ਸੁੱਤਾ ਹੈ ਨਾ ਚੰਗੀ ਤਰ੍ਹਾਂ ਹੁਣ ਇਹਦਾ ਮੈਂ ਨਾ ਰਾਸ਼ਨ ਬਣਾਉਣ ਲੱਗਾ ਵਾਂ ਅਤੇ ਸੀਰੀਅਲਸ ਅਤੇ ਵੇਖਿਓ ਹੁਣੇ ਹੀ ਉੱਠ ਪੈਣਾ ਇਹਨੇ ਅਸੀਂ ਗਾਇਸ ਉਹਦਾ ਨਾ ਦੁੱਧ ਤਿਆਰ ਕਰਨ ਲੱਗੇ ਵੇਖਿਓ ਇਹਨੇ ਉੱਠ ਪੈਣਾ ਮੈਕ ਸੁੰਘ ਕੇ ਉੱਠ ਪੈਣਾ ਪਤਾ ਨਹੀਂ ਲੱਗਦਾ ਉਹਨੂੰ ਨਹੀਂ ਨਾ ਪਤਾ ਲੱਗਾ ਤੇਰੇ ਸੁਪਨਾ ਆਉਂਦਾ ਉਹਨੂੰ ਸੁਪਨਾ ਸੋਚਦਾ ਛੱਡੋ ਪਰੇ ਵੇਖੀ ਹੁਣੇ ਠੋਂਦਾ ਕੀ ਵੇਖੀ ਵੇਖੀ ਹੁਣ ਉਹ ਵੀ ਹੁਣ ਪਤਾ ਲੱਗ ਗਿਆ ਅੱਗੇ ਸੁੱਤਾ ਸੀਗਾ ਉਹ ਵੇਖੋ ਗਾਇਸ ਉਹਨੂੰ ਪਤਾ ਲੱਗ ਗਿਆ ਬਸ ਓ ਮਾਈ ਗੋਡ ਛਾਲ ਮਾਰ ਦੂੰ ਫਿਰਦਾ ਇਹ ਕਾਹਤੋਂ ਖੋਲਿਆ ਟਰੈਕਟਰ ਅੱਛਾ ਆਹ ਕੱਢਤਾ ਤੇਲ ਅੱਛਾ ਅੱਜ ਤੇਲ ਬਦਲ ਦੇਣਾ ਇਹਦਾ ਰੱਜ ਨਿਲ ਕੇ ਆ ਗਿਆ ਬਾਹਰ ਹੁਣ ਇਹਨੂੰ ਰੱਜ ਗਿਆ ਵਾ ਹੁਣ ਵੇਖੋ ਆਪੇ ਡੱਬੇ 'ਚੋਂ ਬਾਹਰ ਆਉਣ ਲੱਗ ਪਿਆ ਇੰਨਾ ਕੁ ਵੱਡਾ ਹੋ ਗਿਆ ਮੰਮੀ ਇੰਨੀ ਚਾਹ ਨਹੀਂ ਚੰਗੀ ਮੈਂ ਨਹੀਂ ਪੀਣ ਦੇਣੀ ਇੱਥੇ ਬਹਿ ਜਾ ਮੰਮੀ ਚੁੱਪ ਕਰਕੇ ਚਾਹ ਨਹੀਂ ਮਿਲਣੀ ਮੰਮੀ ਵੇਖੋ ਵਾਰ ਵਾਰ ਰਸੋਈ 'ਚ ਵਰਦੀ ਕਿ ਹੁਣੇ ਚਾਹ ਬਣਾਈ ਇੰਨੀ ਥੋੜ੍ਹੀ ਨਾ ਪੀਣੀ ਥੋੜ੍ਹਾ ਪੀ ਕੇ ਫਿਰ ਮੈਂ ਅੰਦਰ ਹੀ ਨਹੀਂ ਜਾਣ ਦੇਣਾ ਮੰਮੀ ਮਨਾ ਕੀਤਾ ਸੀਗਾ ਮਨਾ ਕੀਤਾ ਸੀ ਚਾਹ ਨੂੰ ਫਿਰ ਵੀ ਮੰਮੀ ਫੜ ਲਈ ਹਾਂ ਵੇਖੋ ਤੇ ਗਾਇਸ ਹੁਣ ਅਸੀਂ ਚੱਲੇ ਆ ਮੱਲਾਂ ਵਾਲੇ ਮੰਮੀ ਨਾਲ ਸਰਪ੍ਰਾਈਜ਼ ਗਿਫਟ ਕਿਉਂਕਿ ਅੱਜ ਮਦਰਸ ਡੇ ਆ ਨਾਲੇ ਉੱਥੇ ਕਹਿੰਗਾ ਕੇਕ ਤੇ ਨਾਲੇ ਲੈ ਕੇ ਆਵਾਂਗੇ ਮੰਮੀ ਲਈ ਸੂਟ ਤੇ ਇੱਕ ਨਾਨੀ ਲਈ ਸੂਟ ਹਾਂ ਸੂਟ ਸਾਡੇ ਖਰੀਦਨੇ ਆ ਚਲੋ ਚੱਲਦੇ ਆ ਆਹ ਹੀ ਕਰਦੀ ਹਾਂ ਵਧੀਆ ਵਾ
पांच वजन वाले आ सारे दुकाना बंद कर लग पे ते हुण रह गया बीबी उन्हां दा सूट ते मम्मी दा सूट आप लै के चले जाने वापस घर नूं ਤੋਂ ਸੂਟ ਲੈਣੇ ਸੀ ਉਹ ਵੀ ਬੰਦ ਤੇ ਹੁਣ ਚਲੋ ਫਿਰ ਜੋ ਕਿਸਮਤ ਚ ਨਹੀਂ ਆ ਫਿਰ ਆਪਾਂ ਕੀ ਕਰ ਸਕਦੇ ਆ ਕੇਕ ਮਿਲ ਗਿਆ ਇੰਨਾ ਬੜਾ ਵਾ ਕੇਕ ਮਿਲ ਗਿਆ ਇੰਨਾ ਹੀ ਬਹੁਤ ਆ ਬਈ ਤੇ ਹੁਣ ਮੰਮੀ ਨੂੰ ਇੰਨਾ ਨਹੀਂ ਪਤਾ ਕਿ ਅਸੀਂ ਕੀ ਕਰਨ ਗਏ ਮੈਂ ਕਿਹਾ ਮੰਮੀ ਅਸੀਂ ਨਾ ਜੋ ਵੀ ਯਾਰ ਖਾਣ ਵਾਲੀ ਵੀਡੀਓ ਬਣਾਉਣ ਚੱਲੇ ਆ ਮੰਮੀ ਨੂੰ ਨਹੀਂ ਦੱਸਿਆ ਸੀ ਅਸੀਂ ਇਸ ਲਈ ਅਸੀਂ ਮੰਮੀ ਨੂੰ ਸਰਪ੍ਰਾਈਜ਼ ਦੇਵਾਂਗੇ ਹੁਣ ਜਾ ਕੇ ਪਹਿਲਾਂ ਮੰਮੀ ਦਾ ਅਸੀਂ ਕਰਾਂਗੇ ਮੇਕਅਪ ਮੈਂ ਕਰੂੰਗੀ ਮੰਮੀ ਦਾ ਮੇਕਅਪ ਵਧੀਆ ਆ ਤਾਂ ਫਿਰ ਅਸੀਂ ਕਰਾਂਗੇ ਕੇਕ ਕੱਟ ਤੇ ਚਲੋ ਫਿਰ ਮਿਲਦੇ ਹਾਂ ਆਪਾਂ हाँ देखो गाइस अहीं केक ले आए हैं तो मम्मी नूं ना पता लगे मम्मी कितने गए हुए तो आप इनू फ्रिज टकाने तो फिर हम मनाने चलो आप हम फ्रिज च रखता केक तो वेखो मेयोनीस पई रज्जी खाती रही अज जिवें मदर्स डे आ है ना तुहानू पता तो अज आप मम्मी नूं फिर मैं तैयार करन लगी फिर चलो देखते आप किदां दा तैयार करते हैं ठीक है रज्जी उधर मम्मी उन्होंने तैयार कर दी पई आ तो वेखदे आ किवें दा तैयार कीता हो रज्जी कैसा लगा बहुत तक्कड़ तैयार कीता मम्मी तू तो जैसमीन बन गई जैसमीन हाथी माली पूरी साडा सीरियल बहुत वधिया सानू पसंद बड़ा आउंदा याद आउंदी ओह सीरियल दी जो छोटे होंगे ही तो हूँ आप चलो छड्डो परे हूँ पुरानियां गल्लां तो आप ना हूँ हैप्पी मदर्स डे मनाउण लगे हाँ ते तैयार कर लवे रज्जी चंगी तरह तू भी उठ गया तेनू भी केक दे पर तेनू केक नहीं देना क्योंकि तेन तेरे लिए मिठा नहीं सही तेनू चीजी तेरी दवांगे मम्मी बहुत वधिया तैयार किया रज्जी ने हाँ मम्मी अज मम्मी नहीं लग रही सच्ची चलो हुण मम्मी नूं दिंने आ सरप्राइज ते असी देखो की लैके आए आ जड़ा वा ये आपां फटावांगे ध्यान ना डेगी ना पई बीबी इत्थे केक आपां खट्टांगे ते मम्मी नूं नहीं पता लापरी लैके आउंदा पिया अखां बन्न के हां ओ वे उधर ले आ ले आ ले आ ले आ हुण नहीं डिगदी मैं ते चुन्नी बन्न ते मम्मी नहीं डिगना ओ ले ओ थल्लेओ थड़ा सीगा शुरू भी हो गया आप दिया मस्तियां करन हां बीबी किवें दा लगा बेवकूफ ऐदा नहीं हुंदा जा गाना ला दी अगली थां ते चंगा कोई मदर्स डे जा ला दूंगा हां नवी आ जा विच चलो नहीं सगो आपा खवाइए मम्मी इस कारण खवाओ चलो ठीक है जी हो गया सेलिब्रेट आइए खाएंगे जिसका नहीं मेनू भी दे यार आ की गल आ जेड़ा कैमरे के मगर आया उन्हें कुछ भी नहीं मिलता दही मरा रजी मेनू दही मैं वीडियो नहीं बनानी सीधी गल आ अगली वीडियो मिलांगे बाय ਤੇ ਜਿੱਦਾਂ ਗਾਇਸ
ਗਿਫਟ ਅਸੀਂ ਲੈਣ ਲੱਗੇ ਸੀ ਸੂਟ ਤੇ ਦੁਕਾਨਾਂ ਦੁਕਾਨਾਂ ਬੰਦ ਸੀ ਤੁਹਾਨੂੰ ਜਿਵੇਂ ਪਤਾ ਤੇ ਜਿਵੇਂ ਆਹ ਫੋਨ ਹੈ ਨਾ ਮੇਰੇ ਕੋਲ ਮੇਰੇ ਮੰਮੀ ਵੀ ਯੂਜ਼ ਕਰਦੇ ਆ ਮੈਂ ਵੀ ਤੇ ਮੈਂ ਕਹਿੰਦੀ ਭਾਈ ਦੇ ਹੀ ਦਵਾਂ ਮੰਮੀ ਨੂੰ ਹਣਾ ਤੇ ਰੱਜੀ ਨੂੰ ਮੈਂ ਕਿਹਾ ਵੀ ਨਵਾਂ ਲੈ ਦਾਂਗੇ ਹਾਂ ਅਸੀਂ ਹੁਣ ਨਵਾਂ ਲਵਾਂਗੇ ਤੇ ਚਲੋ ਮੰਮੀ ਮੰਮੀ ਆ ਰੱਖ ਲਓ ਤੁਸੀਂ ਹੁਣ ਇੱਕ ਵਾਰ ਥੋੜਾ ਬਹੁਤ ਮੈਂ ਵੀ ਯੂਜ਼ ਕਰਿਆ ਕਰੂੰਗੀ ਪਰ ਨਹੀਂ ਨਹੀਂ ਤੈਨੂੰ ਨਵਾਂ ਲੈ ਦਾਂਗੇ ਇਹ ਰਹਿਣ ਦੀ ਮੰਮੀ ਕੋ ਵੀ ਕੋਈ ਹੋ ਵੀ ਮੰਮੀ ਤੈਨੂੰ ਸਿਖਾ ਦਾਂਗੇ ਚਲਾਉਣਾ ਕਿਉਂਕਿ ਵੈਸੇ ਗਾਇਸ ਇਹਦੀ ਨਾ ਜਿਹੜੀ ਕੈਮਰਾ ਕੁਆਲਿਟੀ ਥੋੜੀ ਜਿਹੀ ਉਹ ਐਨੀ ਵਧੀਆ ਨਹੀਂ ਹਾਂ ਹਾਂ ਸਾਡੇ ਲਈ ਨਹੀਂ ਵਧੀਆ ਤੇ ਇਸ ਕਰਕੇ ਨਵਾਂ ਲੈਣਾ ਵਾ ਸਹੀ ਮੈਂ ਮੰਮੀ ਨੂੰ ਦੇ ਦਿੱਤਾ ਮੰਮੀ ਕੈਮਰਾ ਤੇਰੇ ਲਈ ਸਹੀ ਹਾਂ ਬਾਏ ਚਲੋ